ਆਇਆ ਨਾ ਯਾਰ ਰੌਣਕ ਮਨਾਈ ਜਿਹੜਾ ਉਹ ਇੱਥੋਂ ਦੀ ਗੌਰਮੈਂਟ ਦਿੰਦੀ ਹੈ ਵੀਜ਼ਾ, ਇਹਨਾਂ ਕਿਵੇਂ ਦੇਣਾ ਸੋ ਅੱਗੇ ਦਾ ਸਵਾਲ ਸੀ ਯਾਰ ਇਹ ਵੀਜ਼ੇ ਕਿਵੇਂ ਦੇਣ ਦੇ, ਵੀਜ਼ਾ ਤਾਂ ਗੌਰਮੈਂਟ ਦੇਣਾ ਸੋ। ਅਸਲਾਮ ਵਾਲੇਕੁਮ ਜੀ, ਮੈਂ ਤੁਹਾਡਾ ਭਰਾ ਰਸ਼ਦ ਤਾੜ, ਉਮੀਦ ਹੈ ਸਾਰੇ ਭਰਾ ਠੀਕ ਠਾਕ ਹੋਣਗੇ। ਇਸ ਟਾਈਮ ਇਟਲੀ ਅਪੜੇ ਹਾਂ ਮੈਂ ਆਪਣੇ ਭਰਾਵਾਂ ਕੋਲ, ਵੀਰੋਨਾ ਸ਼ਹਿਰ, ਅਲੀ ਬਾਈ ਨੇ ਹੋਰ ਸਹੀਰ ਬਾਈ, ਪਤਾ ਕੋ ਨਹੀਂ ਲੱਗਦਾ ਅਸਲ, ਮੈਂ ਵੀ ਨਾ ਇਹਨਾਂ ਦੋਵਾਂ ਭਰਾਵਾਂ ਦੇ ਅਕਾਊਂਟ ਨਾ ਅੱਗੇ ਫੋਲੋ ਕੀਤੇ ਹਾਂ ਅਲੀ ਸਮਝ ਕੇ, ਔਰ ਅਸੀਂ ਮੁਲਾਕਾਤ ਹੋਈ ਤਾਂ ਪਤਾ ਲੱਗਿਆ ਕਿ ਆਹ ਅਲੀ ਬਾਈ ਨੇ ਔਰ ਆਹ ਜ਼ਹਿਰ ਬਾਈ ਨੇ। ਸੋ ਜਿਵੇਂ ਕਿ ਤੁਹਾਨੂੰ ਪਤਾ ਹੈ, ਕਾਫੀ ਵੀਡੀਓਜ਼ ਤੁਸੀਂ ਵੇਖੀਆਂ ਭਰਾਵਾਂ ਦੀਆਂ, ਕਿ ਜਿਹੜੇ ਬੰਦੇ, ਇੱਕ ਨਵਾਂ ਟਰੈਂਡ ਹੈ ਕਿ ਜਿਹੜੇ ਬੰਦੇ ਇਹਨਾਂ ਨੂੰ ਫੋਲੋ ਕਰ ਰਹੇ ਨੇ ਉਹਨਾਂ ਦੀ ਕੁਰਾ ਅੰਦਾਜ਼ੀ ਕਰਕੇ ਅੱਠ ਵੀਜ਼ੇ ਦੇਣ ਦੇ। ਹੁਣ ਇੱਥੇ ਨਾ ਬੜੇ ਸਵਾਲ ਆਉਂਦੇ ਨੇ ਬੰਦਿਆਂ ਦੇ ਕਿ ਕਦੀ ਇੰਜ ਵੀ ਹੋਇਆ, ਕਿਉਂਕਿ ਨਵਾਂ ਕੰਮ ਹੋਵੇ ਨਾ ਕੋਈ ਵੀ ਤੇ ਉਹ ਸਾਡੇ ਜੀ ਜਿਹੜੇ ਨੇ ਉਹ ਵਿੱਚ ਮਤਲਬ ਕਿ ਨੈਗੇਟਿਵਿਟੀ ਜਾਂ ਨੈਗੇਟਿਵ ਸੋਚ ਰੱਖਦੇ ਨੇ ਕਿ ਇੰਜ ਸ਼ੁਗਲ ਬਣਾਇਆ ਨਾ ਜਾਂ ਰੌਣਕ ਬਣਾਈ। ਸੋ ਇਹੀ ਦੀ ਗੱਲ ਨਹੀਂ, ਕਈ ਬੰਦੇ ਆਖਦੇ ਨੇ ਕਿ ਵੀਜ਼ਾ ਜਿਹੜਾ ਉਹ ਇੱਥੋਂ ਦੀ ਗੌਰਮੈਂਟ ਦਿੰਦੀ ਹੈ, ਵੀਜ਼ਾ ਇਹਨਾਂ ਕਿਵੇਂ ਦੇਣਾ। ਸੋ ਅੱਗੇ ਜਿਤਨੇ ਵੀ ਬੰਦੇ ਨਾ ਹੁਣ ਤੱਕ 1000 ਬੰਦਾ ਪਾਕਿਸਤਾਨੋਂ ਮੰਗਾਇਆ ਔਰ ਬਿਲਕੁਲ ਲੀਗਲ ਮੰਗਾਇਆ, ਉਹਨੇ ਸਾਰ ਉਹਨਾਂ ਦੇ ਪੇਪਰ ਵੀ ਬਣੇ ਨੇ, ਸੋ ਉਹ ਵੀ ਤਾਂ ਬੰਦੇ ਆਏ ਨੇ। ਇਹ ਜਿਹੜਾ ਪੈਕੇਜ ਭਾਈ ਇਹ ਦੇ ਰਹੇ ਨੇ ਇਹ ਆਪਣੇ ਫਾਲੋਅਰਾਂ ਦੇ ਰਹੇ ਨੇ, ਤੇ ਔਰ ਜਿਹੜਾ ਖਰਚਾ ਹੁੰਦਾ ਨਾ, ਇੱਕ ਬੰਦਾ 22 ਯਰ ਆਉਂਦਾ ਨੋਲੇ ਉਸ ਦੇ ਉੱਤੇ, ਉਹਦਾ ਜਿਹੜਾ ਖਰਚਾ ਅੱਠ ਬੰਦਿਆਂ ਦਾ ਉਹ ਭਾਈ ਕੋਲੋਂ ਕਰਨ ਦੇ, ਠੀਕ ਹੈ। ਵੀਜ਼ਾ ਗੌਰਮੈਂਟ ਹੀ ਦੇਵੇ ਦੀ, ਕਿਉਂਕਿ ਬੜਿਆਂ ਬੰਦਿਆਂ ਦਾ ਸਵਾਲ ਸੀ ਯਾਰ ਇਹ ਵੀਜ਼ੇ ਕਿਵੇਂ ਦੇਣ ਦੇ, ਵੀਜ਼ਾ ਤਾਂ ਗੌਰਮੈਂਟ ਦੇਣਾ। ਸੋ ਵੀਜ਼ਾ ਗੌਰਮੈਂਟ ਹੀ ਦੇਵੇ ਦੀ ਆਪਣਾ ਇਟਾਲੀਆ ਦੀ, ਉਹਦਾ ਜਿਹੜਾ ਪ੍ਰੋਸੈਸ ਹੁੰਦਾ ਇੱਕ ਲੀਗਲ ਤਰੀਕੇ ਨਾਲ, ਜਿਹੜੇ ਉਹਦੇ ਪੈਸੇ ਹੋਣੇ, ਜਿਹੜਾ ਖਰਚਾ ਹੋਣਾ ਉਹ ਜਨਾਬ ਬਿਲਕੁਲ ਫਰੀ ਹੋਣਾ, ਮਤਲਬ ਕਿ ਕੋਲੋ ਕਰਨ ਦੇ ਜਿਹੜੇ ਫਾਲੋਅਰ ਨੇ ਅੱਠ, ਉਹਨਾਂ ਦੀ ਕੁਰਾ ਅੰਦਾਜ਼ੀ ਹੋਵੇਗੀ ਐਤਵਾਰ ਵਾਲੇ ਦਿਨ, ਤੇ ਐਤਵਾਰ ਵਾਲੇ ਦਿਨ ਜਿਹੜੇ ਵੀ ਲੱਕੀ ਬੰਦੇ ਹੋਏ ਅੱਠ, ਤੇ ਉਹਨਾਂ ਦੇ ਨੋਲੇ ਉਸ ਤੇ ਕਢਵਾ ਕੇ, ਮਤਲਬ ਕਿ ਉਹਨਾਂ ਬੰਦਿਆਂ ਦੇ ਪਾਸਪੋਰਟ, ਮੈਂ ਪ੍ਰੋਸੈਸ ਵੀ ਥੋੜਾ ਜਿਹਾ ਸਮਝ ਯਾਦ ਹੈ ਨਾ, ਤਾਂ ਕਿ ਤੁਹਾਨੂੰ ਪਤਾ ਹੋਵੇ ਜਿਹੜੇ ਵੀ ਸਾਨੂੰ ਵੀਰ ਵੇਖਦੇ ਨੇ ਕਿ ਉਹ ਇੰਜ ਵੀਜ਼ਾ ਲੱਗੇ ਦਾ ਕਿਵੇਂ। ਜਿਹੜੇ ਬੰਦਿਆਂ ਦੇ ਨਾਂ ਆਏ ਉਹਨਾਂ ਬੰਦਿਆਂ ਨਾਲ ਖੁਦ ਰਾਬਤਾ ਕਰਨ ਦੇ ਅੱਠ ਬੰਦਿਆਂ ਨਾਲ, ਸਹੀ ਹੈ। ਤੇ ਔਰ ਬਕਾਇਦਾ ਜਿਹੜੇ ਵੀ ਇਟਲੀ ਦੇ ਨੇੜੇ ਤਰੇੜੇ, ਮਤਲਬ ਕਿ ਵੀਰੋਨਾ ਦੇ ਵਿੱਚ ਜਿਹੜੇ ਅੱਛੇ ਸਿਆਣੇ ਮਿਆਣੇ ਭਰੇ ਹੁੰਦੇ ਜੀ ਨੇ ਉਹ, ਤੇ ਨਾਲ ਫਿਰ ਕੁਝ ਲੋਕ ਕਾਰਪੀ ਤੋਂ ਵੀ ਆਉਣਦੇ ਇਕੱਠੇ ਹੋ ਕੇ, ਤੇ ਇਹ ਸਾਰਿਆਂ ਦੇ ਸਾਹਮਣੇ ਕੁਰਾ ਅੰਦਾਜ਼ੀ ਹੋਵੇ ਦੀ, ਮਤਲਬ ਕਮਰੇ ਵਿੱਚ ਬਹਿ ਕੇ ਜਾਂ ਬਾਕਸ ਇੱਕ ਹੀ ਬੰਦੇ ਨਹੀਂ ਖੋਲਣਾ। ਸੋ ਰੇਲ ਜਿਹੜੀ ਗੱਲ ਹੈ, ਕੋਈ ਵੀ ਮੈਂ ਆਖਦਾ ਜਿਹੜੇ ਬੰਦੇ ਸੋਸ਼ਲ ਮੀਡੀਆ ਤੇ ਗੱਲ ਕਰਦੇ ਨੇ ਪੂਰੀ ਕਰਦੇ, ਮੈਂ ਉਹਨਾਂ ਬੰਦਿਆਂ ਦਾ ਪੂਰਾ ਸਾਥ ਦੇਣਾ। ਸੋ ਉਹਨਾਂ ਬੰਦਿਆਂ ਵਿੱਚੋਂ ਇਹ ਨੇ, ਤਾਂ ਹੀ ਪਹਿਲੇ ਦਿਨ ਵੀ ਭਾਈ ਰਾਮ ਦੇ ਨਾਲ ਮੁਲਾਕਾਤ ਹੋਈ, ਬਹੁਤ ਅੱਛਾ ਲੱਗਾ, ਤੇ ਔਰ ਭਾਈ ਦਾ ਮੈਂ, ਚਲੋ ਭਾਈ ਦੇ ਵੀ ਬਹੁਤ ਸਾਰੇ ਚਾਹਣੇ ਵਾਲੇ ਨੇ, ਸੋ ਆਪਣੇ ਜਿਹੜੇ ਮੇਰੇ ਫਾਲੋਅਰ ਨੇ ਉਹਨਾਂ ਤੱਕ ਮੈਂ ਭਾਈ ਤਾਂ ਪਹੁੰਚਾਇਆ ਸੀ ਕਿ ਭਾਈ ਹੈਗੀ ਇੱਕ ਮਾਸ਼ਾਅੱਲਾ ਬਹੁਤ ਵਧੀਆ ਕੰਮ ਕਰਦੇ ਨੇ ਔਰ ਇੱਥੇ ਵੀ ਫਲਾਈ ਕੰਮ ਕਰਦੇ ਨੇ, ਤੇ ਆਪਣੇ ਪਾਕਿਸਤਾਨੀ ਜਿਹੜੇ ਇੱਥੇ ਲੋਕ ਨੇ ਉਹਨਾਂ ਦੇ ਕੰਮ ਹੁੰਦੇ ਨੇ। ਸੋ ਉਹਦਾ ਪ੍ਰੋਸੈਸ ਇਹ ਹੋਵੇਗਾ, ਜਿਹੜਾ ਵੀ ਬੰਦੇ ਜਿਹੜੇ ਵੀ ਫਾਲੋਅਰ ਅੱਠ, ਉਹਨਾਂ ਜਿਹੜੇ ਜਿਹੜੇ ਬੰਦਿਆਂ ਦੇ ਨਾਂ ਨਿਕਲੇ, ਉਹਨਾਂ ਬੰਦਿਆਂ ਜਨਾਬ ਭਾਈ ਰੀ ਖੁਦ ਰਾਬਤਾ ਕਰਕੇ ਉਹਨਾਂ ਦੇ ਪਾਸਪੋਰਟ ਮੰਗਾ ਕੇ, ਜੇ ਉਹ ਆਉਣਾ ਚਾਹੁੰਦੇ ਹੋਏ, ਜੇ ਉਹਨਾਂ ਖੁਦ ਨਹੀਂ ਆਉਣਾ ਤੇ ਜਾਂ ਉਹ ਕੋਈ ਵੀ ਆਪਣਾ ਬੰਦਾ ਦੇ ਸਕਦੇ ਨੇ, ਆਪਣਾ ਭਾਈ ਦੇ ਸਕਦੇ ਨੇ, ਕਜ਼ਨ ਦੇ ਸਕਦੇ ਨੇ, ਸੋ ਉਹ ਵੀਜ਼ਾ ਉਹਨਾਂ ਦਾ ਹੀ ਹੋਵੇਗਾ। ਸੋ ਉਹਨਾਂ ਬੰਦਿਆਂ ਕੋਲੋਂ ਪਾਸਪੋਰਟ ਮੰਗਾ ਕੇ ਇੱਥੇ ਬਕਾਇਦਾ ਜਮ੍ਹਾਂ ਹੋਵੇਗਾ, ਜਿਸ ਟਾਈਮ ਇੱਥੇ ਵਰਕ ਵੀਜ਼ੇ ਜਮ੍ਹਾਂ ਹੁੰਦੇ ਨੇ ਬਕਾਇਦਾ। ਇਟਲੀ ਦੀ ਇੱਕ ਨਾ ਡੇਟ ਹੁੰਦੀ ਹੈ ਔਰ ਉਹ ਡੇਟ ਅਨਾਊਂਸ ਹੁੰਦੀ ਹੈ, ਅਤੇ ਔਰ ਉਹਦੇ ਮੁਤਾਬਕ ਬੰਦਿਆਂ ਦੇ ਇੱਥੇ ਡਾਕੂਮੈਂਟ ਜਮ੍ਹਾਂ ਕਰਵਾਉਂਦੇ ਨੇ, ਉਹ ਫਿਰ ਇੱਥੇ ਦੇ ਆਖਦੇ ਨੋਲਾ ਉਸਤਾ ਤੇ ਅਸੀਂ ਆਖਦੇ ਹਾਂ ਵਰਕ ਪਰਮਿਟ,
ਠੀਕ ਹੈ, ਉਹ ਨਿਕਲਦਾ ਔਰ ਉਹ ਨਿਕਲ ਕੇ ਪਾਕਿਸਤਾਨ ਜਾਏਦਾ, ਜਿਵੇਂ ਕਿ ਪ੍ਰੋਸੈਸ ਹੁੰਦਾ ਲੀਗਲ ਤਰੀਕੇ ਨਾਲ, ਉੱਥੇ ਜਾ ਕੇ ਫਿਰ ਮਤਲਬ ਕਿ ਤੁਸੀਂ ਅਪੁਆਇੰਟਮੈਂਟ ਅੰਬੈਸੀ ਅੰਬੈਸੀ ਵਿੱਚੋਂ ਅਪੁਆਇੰਟਮੈਂਟ ਲੈਣੀ ਪਵੇਗੀ, ਲੈ ਕੇ ਤੇ ਉਹ ਲੀਗਲ ਤਰੀਕੇ ਨਾਲ ਤੁਸੀਂ ਆਪਣਾ ਪਾਸਪੋਰਟ ਉੱਥੇ ਜਾ ਕੇ ਇਸਲਾਮਾਬਾਦ ਜਿੱਥੇ ਵੀ ਅੰਬੈਸੀ ਚ ਅਪੁਆਇੰਟਮੈਂਟ ਮਿਲਦੀ ਉੱਥੇ ਜਾ ਕੇ ਤੁਸੀਂ ਆਪਣੇ ਪੇਪਰ ਜਮ੍ਹਾਂ ਕਰਾਓ ਦੇ, ਸੋ ਤੁਹਾਡਾ ਵੀਜ਼ਾ ਇਟਲੀ ਵਾਲੇ ਲਾਣ ਦੇ। ਅਕਸਰ ਬਾਈਆਂ ਦਾ ਸਵਾਲ ਹੈ ਕਿ ਕੁਝ ਲੋਕ ਇਟਲੀ ਵਿੱਚ ਬੈਠੇ ਜਿਨ੍ਹਾਂ ਸਾਨੂੰ ਫਾਲੋ ਕੀਤੇ ਆ, ਉਹ ਆਖਦੇ ਨੇ ਅਗਰ ਸਾਡਾ ਨਾਮ ਆ ਗਿਆ ਤੇ ਫਿਰ ਕੀ ਬਣਸੀ। ਅਗਰ ਕੋਈ ਬੰਦੇ ਇਟਲੀ ਵਿੱਚ ਰਹਿੰਦੇ ਪੈਣ, ਉਹਨਾਂ ਦਾ ਕੁਰਅੰਦਾਜ਼ੀ ਵਿੱਚ ਨਾਮ ਨਿਕਲ ਆਉਂਦਾ, ਉਹ ਆਪਣੀ ਮਰਜ਼ੀ ਦਾ ਕੋਈ ਵੀ ਬੰਦਾ ਪਾਕਿਸਤਾਨ ਤੋਂ ਬੁਲਾ ਸਕਦੇ ਨੇ। ਅਗਰ ਕਿਸੇ ਭੈਣ ਦਾ ਕਿਸੇ ਮਾਂ ਦਾ ਉਸ ਫਾਲੋ ਸਾਨੂੰ ਕੀਤੇ ਆ, ਅਗਰ ਕਿਸੇ ਔਰਤ ਜ਼ਾਤ ਦਾ ਵੀਜ਼ਾ ਨਿਕਲ ਆਉਂਦਾ, ਅਗਰ ਉਹ ਆਪ ਆਉਣਾ ਚਾਹੁੰਦੀ ਹੈ ਉਸ ਦਾ ਵੀ ਵੀਜ਼ਾ ਇਨਸ਼ਾਅੱਲਾ ਉਸੀ, ਅਗਰ ਉਹ ਆਪਣੀ ਜਾਈ ਤੇ ਕਿਸੇ ਹੋਰ ਬੰਦੇ ਦਾ ਵੀਜ਼ਾ ਦੇਣਾ ਚਾਹੁੰਦੀ ਹੈ, ਤਾਂ ਵੀ ਅਸੀਂ ਉਸ ਦੇ ਮਤਹਿਤ ਹੋਣਾ ਜਿਸ ਦਾ ਕੁਰਅੰਦਾਜ਼ੀ ਵਿੱਚੋਂ ਨਾਮ ਨਿਕਲ। ਬਿਲਕੁਲ, ਉਹ ਨਾ ਜਿਵੇਂ ਆਪਣਾ ਹੋਵੇਗਾ, ਤੇ ਇਹ ਨਾ ਇੱਕ ਨਵਾਂ ਟ੍ਰੈਂਡ ਭਰਾਵਾਂ ਕੱਢਿਆ, ਠੀਕ ਹੈ। ਸੋ ਨਵਾਂ ਤੁਸੀਂ ਅੱਗੇ ਕਦੇ ਵੀ ਇਹਦਾ ਨਹੀਂ ਸੁਣਿਆ ਹੋਣਾ, ਠੀਕ ਹੈ। ਜਿਹੜੇ ਫਾਲੋਅਰ ਹੁੰਦੇ ਨੇ ਬੰਦੇ ਫੋਲੋ ਕਰਦੇ ਨੇ, ਸੋ ਉਂਝ ਵੀ ਤੇ ਤੁਸੀਂ ਹਰ ਕਾਫੀ ਬੰਦਿਆਂ ਨੂੰ ਫੋਲੋ ਕਰ ਰਹੇ ਹੋ, ਤੇ ਹੋਰ ਇੱਕ ਮਾਸ਼ਾਅੱਲਾ ਨਵਾਂ ਟ੍ਰੈਂਡ ਭਰਾਵਾਂ ਕੱਢਿਆ, ਤੇ ਹੋਰ ਇਸੇ ਟ੍ਰੈਂਡ ਕੱਢੇ ਦੀ ਪੂਰੀ ਤਵੀਲ ਉਸੀ ਦੀ। ਸੋ ਬਾਕੀ ਸਾਰਿਆਂ ਵੀਰਾਂ ਦਾ ਬਹੁਤ ਸ਼ੁਕਰੀਆ, ਤੇ ਬਾਕੀ ਦੁਆਵਾਂ ਵੀ ਯਾਦ ਰੱਖਿਆ ਜੇ, ਤੇ ਲਵ ਯੂ ਜੀ, ਅੱਲਾ ਦੇ ਹਵਾਲੇ, ਤੇ ਇਨਸ਼ਾਅੱਲਾ ਐਤਵਾਰ ਵਾਲੇ ਦਿਨ ਮੈਂ ਵੀ ਵੀਡੀਓਜ਼ ਅਪਲੋਡ ਕਰਾਂਗਾ ਜੀ, ਉਹ 8 ਜਿਹੜੇ ਨਾ ਹੋਏ ਮੈਂ ਵੀ ਉਹਨਾਂ ਦੀ ਵੀਡੀਓ ਅਪਲੋਡ ਕਰਾਂਗਾ ਕਿ ਆਹ ਬੰਦੇ ਨੇ ਇਹ ਕੁਰਾਨਦਾ ਦੇ ਵਿੱਚੋਂ ਜਿਨ੍ਹਾਂ ਨਾ ਆਏ ਨੇ, ਠੀਕ ਹੈ। ਸਾਹਿਬ ਨੂੰ ਵੀਡੀਓ ਕਾਲ ਤੇ ਲਵਾਂਗੇ, ਇਹਨਾਂ ਨੂੰ ਮਜਬੂਰੀ ਹੈ ਜਾਣਾ ਪੈ ਗਿਆ ਪਿੱਛੇ ਐਮਰਜੈਂਸੀ ਵਿੱਚ, ਨਹੀਂ ਤੇ ਇਹਨਾਂ ਨੂੰ ਰਿਕੁਐਸਟ ਕੀਤੀ ਹੈ ਰਹਿਣ, ਇਹਨਾਂ ਵੀਡੀਓ ਕਾਲ ਤੇ ਲਵਾਂਗੇ, ਹੋਰ ਜਿਹੜੇ ਜੀ ਹਨ ਬਾਕੀ ਸਾਰੇ ਇਕੱਠੇ ਹੋ ਕੇ ਜੀ। ਬਿਲਕੁਲ ਜੀ, ਮੈਂ ਵੀ ਸਪੇਨ ਤੋਂ ਇੱਥੇ ਆਇਆ ਸੀ ਵੀਰਾਂ ਕੋਲ, ਤੇ ਮੈਂ ਸੁਬਹਾ ਵਾਪਸ ਟੋਰ ਜਾਣਾ, ਸੋ ਐਤਵਾਰ ਵਾਲੇ ਦਿਨ ਕੁਰਾਨਦਾਜ਼ੀ ਹੋਦੀ। ਬਾਕੀ ਜੀ ਦੁਆਵਾਂ ਯਾਦ ਰੱਖਿਆ ਜੇ, ਰੱਬ ਰੱਖਾ।